ਤੁਸੀਂ ਜਿੰਨੇ ਵੀ ਸਾਨੂੰ ਲਵ ਲੈਟਰ ਭੇਜਦੇ ਹੋ ਉਹ ਸਾਨੂੰ ਮਿਲ ਰਹੇ ਨੇ, ਪਰ ਇੱਕ ਗੱਲ ਹੈ ਵੀ ਜੀ ਆਇਆਂ ਨੂੰ ਭੇਜੀ ਜਾਇਆ ਕਰੋ ਚਿੱਠੀਆਂ, ਬਥੇਰਾ ਤੁਹਾਡਾ ਜਿਹੜਾ ਵਾ ਉਹ ਰੱਦੀ ਮਾਲ ਜਿਹੜਾ ਉਹ ਇਕੱਠਾ ਕਰਕੇ ਆਪਣੇ ਕੋਲ ਰੱਖਿਆ। ਡਰਨਾ ਨਹੀਂ ਗਾ ਤੇਰੇ ਕੋਲੋਂ, ਜੇ ਤੇਰੇ ਕੋਲ ਡਰਨ ਲੱਗ ਪਏ ਤੇ ਹੁਣ ਤੱਕ ਤੇਰੇ ਵਰਗਿਆਂ ਕੋਲ ਡਰਨ ਲੱਗ ਪੈਂਦੇ ਤੇ ਹੁਣ ਤੱਕ ਅਸੀਂ ਆਵਾਜ਼ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਬੁਲੰਦ ਕਰਦੇ। ਸੋ ਲਵ ਲੈਟਰ ਤੁਹਾਡੇ ਸਾਰੇ ਜਿਹੜੇ ਸਾਨੂੰ ਮਿਲ ਰਹੇ ਆ, ਟਾਈਮ ਟੂ ਟਾਈਮ ਆ ਰਹੀਆਂ ਚਿੱਠੀਆਂ ਤੁਹਾਡੀਆਂ ਡਾਕੀਆ ਸਾਡੇ ਪਿੰਡ ਦਾ, ਬਾਕੀ ਭਾਵੇਂ ਚਿੱਠੀਆਂ ਪਹੁੰਚਾਵੇ ਨਾ ਪਹੁੰਚਾਵੇ ਆਹ ਵਾਲੀ ਬੜੀ ਛੇਤੀ ਚਿੱਠੀਆਂ ਜਿਹੜੀਆਂ ਸਾਡੇ ਘਰਾਂ 'ਚ ਪਹੁੰਚਾਉਂਦੇ ਆ। ਰਾਣਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਿਆਂ, ਜਦੋਂ ਤੁਹਾਡਾ ਜਲੂਸ ਕੱਢਣਾ ਵਾ, ਜਦੋਂ ਤੁਹਾਡੀਆਂ ਵੀਡੀਓ ਕਰਕੇ ਪਾਉਣੀਆਂ ਅਸੀਂ ਤੁਹਾਨੂੰ ਪੁੱਛ ਕੇ ਪਾਉਂਦੇ ਹਾਂ, ਜਦੋਂ ਤੁਸੀਂ ਕੋਈ ਨਿਊ ਸੈਂਸ ਕ੍ਰੀਏਟ ਕਰਦੇ ਜੇ ਸਾਡੇ ਏਰੀਏ ਦੇ ਵਿੱਚ, ਜਦੋਂ ਤੁਸੀਂ ਕੋਈ ਕਿਸੇ ਵੀ ਕਿਸਮ ਦਾ ਗੰਦ ਪਾਉਂਦੇ ਜੋ ਤਾਂ ਤੁਹਾਨੂੰ ਪੁੱਛ ਕੇ ਪਾਉਣਾ ਪਾਉਣੀ ਆ ਵੀਡੀਓ ਜਾਂ ਪੁੱਛ ਕੇ ਪਾਉਣਾ ਆਪਣੇ ਧਰਨੇ ਲਾਉਣੇ ਆ। ਖੈਰ ਮੈਂ ਇਸੇ ਕਰਕੇ ਕੀਤਾ ਵਾ ਇਹ ਲਾਈਵ ਕਿ ਰਾਣਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਿਆਂ ਕਿ ਜਦੋਂ ਅਸੀਂ ਧਰਨਾ ਲਾਉਣਾ ਹੁੰਦਾ ਜਾਂ ਜਦੋਂ ਧਰਨੇ ਲੱਗਦੇ ਆ ਜਾਂ ਜਦੋਂ ਲਾਵਾਂਗੇ ਤਾਂ ਉਦੋਂ ਅਸੀਂ ਪ੍ਰਸ਼ਾਸਨ ਨੂੰ ਜਾਂ ਕੋਰਟ ਨੂੰ ਪੁੱਛ ਕੇ ਧਰਨੇ ਨਹੀਂ ਲਾਉਣੇ। ਜਦੋਂ ਤੁਹਾਡਾ ਜਲੂਸ ਕੱਢਣਾ ਵਾ, ਜਦੋਂ ਤੁਹਾਡੀਆਂ ਵੀਡੀਓ ਕਰਕੇ ਪਾਉਣੀਆਂ ਅਸੀਂ ਤੁਹਾਨੂੰ ਪੁੱਛ ਕੇ ਪਾਉਂਦੇ ਹਾਂ, ਜਦੋਂ ਤੁਸੀਂ ਕੋਈ ਨਿਊ ਸੈਂਸ ਕ੍ਰੀਏਟ ਕਰਦੇ ਜੇ ਸਾਡੇ ਏਰੀਏ ਦੇ ਵਿੱਚ, ਜਦੋਂ ਤੁਸੀਂ ਕੋਈ ਕਿਸੇ ਵੀ ਕਿਸਮ ਦਾ ਗੰਦ ਪਾਉਂਦੇ ਜੋ ਤਾਂ ਤੁਹਾਨੂੰ ਪੁੱਛ ਕੇ ਪਾਉਣਾ ਪਾਉਣੀ ਆ ਵੀਡੀਓ ਜਾਂ ਪੁੱਛ ਕੇ ਪਾਉਣਾ ਆਪਣੇ ਧਰਨੇ ਲਾਉਣੇ ਆ। ਤਾਂ ਕਰਕੇ ਇਹਨਾਂ ਚਿੱਠੀਆਂ ਦਾ ਕੋਈ ਤੁੱਕ ਨਹੀਂ ਬਣਦੀ, ਪਰ ਇੱਕ ਗੱਲ ਹੈ ਵੀ ਜੀ ਆਇਆਂ ਨੂੰ ਭੇਜੀ ਜਾਇਆ ਕਰੋ ਚਿੱਠੀਆਂ, ਬਥੇਰਾ ਤੁਹਾਡਾ ਜਿਹੜਾ ਵਾ ਉਹ ਰੱਦੀ ਮਾਲ ਜਿਹੜਾ ਉਹ ਇਕੱਠਾ ਕਰਕੇ ਆਪਣੇ ਕੋਲ ਰੱਖਿਆ। ਮੇਰੇ ਖਿਆਲ ਨਾਲ ਹੁਣ ਤੱਕ ਸ਼ਾਇਦ ਸਾਨੂੰ 50 ਤੋਂ 60 ਜਿਹੜੀਆਂ ਲੈਟਰਸ ਤੁਹਾਡੀਆਂ ਮਿਲ ਚੁੱਕੀਆਂ ਵਾ, ਅਸੀਂ ਰਿਸੀਵ ਕਰਦੇ ਹਾਂ ਹਰ ਵਾਰ, ਨਹੀਂ ਤਾਂ ਬਾਹਲੇ ਲੋਕ ਕੀ ਕਰਦੇ ਹੁੰਦੇ ਆ ਵੀ ਇਹੋ ਜਿਹੀ ਵਾਪਸੀ ਕਰ ਦਿਓ ਚਿੱਠੀ, ਜੇ ਹੈ ਵੋ ਹੈ, ਸਾਂਭੀ ਜਾਂਦੇ ਹਾਂ, ਕੋਈ ਨਹੀਂ ਸਮੇਂ 'ਤੇ ਆਪਾਂ ਲੋਕਾਂ ਨੂੰ ਦਿਖਾਵਾਂਗੇ ਵੀ ਭਾਈ ਆਹ ਦੇਖੋ ਇੰਨੀਆਂ ਚਿੱਠੀਆਂ ਜਿਹੜੀਆਂ ਉਹ ਰਾਣਾ ਗੁਰਜੀਤ ਨੇ ਸਾਨੂੰ ਲਵ ਲੈਟਰ ਦੇ ਰੂਪ ਦੇ ਵਿੱਚ ਜਿਹੜਾ ਉਹ ਭੇਜਦਾ ਰਿਹਾ। ਖੈਰ ਜਿਹੜਾ ਜੋ ਵੀ ਤੁਹਾਡੇ ਅਸੀਂ ਜਦੋਂ ਧਰਨਾ ਲਾਉਣਾ ਵਾ ਅਸੀਂ ਤੁਹਾਨੂੰ ਨਾ ਪੁੱਛਣਾ ਵਾ, ਨਾ ਤੁਹਾਨੂੰ ਕੋਰਟ ਨੂੰ ਪੁੱਛਣਾ ਵਾ ਅਤੇ ਨਾ ਹੀ ਅਸੀਂ ਪ੍ਰਸ਼ਾਸਨ ਨੂੰ ਪੁੱਛਣਾ। ਪਹਿਲਾਂ ਤਾਂ ਅਸੀਂ ਮਤਲਬ ਵੀ ਜਿਹੜਾ ਸਾਡੀ ਜੋ ਵੀ ਪਲਾਨਿੰਗ ਹੈਗੀ ਆ ਉਹ ਆਉਣ ਵਾਲੇ ਕੁਝ ਦਿਨਾਂ ਤੱਕ ਅਸੀਂ ਕਲੀਅਰ ਕਰ ਦੇਣੀ ਆ ਲੋਕਾਂ ਦੇ ਵਿੱਚ ਵੀ ਅਤੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ, ਸਰਕਾਰ ਦੇ ਧਿਆਨ ਦੇ ਵਿੱਚ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਆਪਣਾ ਸਾਰਾ ਮੈਟਰ ਨੂੰ ਲਿਆਵਾਂਗੇ, ਮਸਲੇ ਹੱਲ ਹੋਣਗੇ ਠੀਕ ਆ, ਨਹੀਂ ਤਾਂ ਧਰਨੇ 'ਤੇ ਵੱਟ 'ਤੇ ਪਿਆ ਵਾ ਧਰਨਾ 'ਤੇ ਲਾਵਾਂਗੇ। ਡਰਨਾ ਨਹੀਂ ਗਾ ਤੇਰੇ ਕੋਲੋਂ, ਜੇ ਤੇਰੇ ਕੋਲ ਡਰਨ ਲੱਗ ਪਏ ਤਾਂ ਹੁਣ ਤੱਕ ਤੇਰੇ ਵਰਗਿਆਂ ਕੋਲ ਡਰ ਲੱਗ ਪੈਂਦੇ ਤਾਂ ਹੁਣ ਤੱਕ ਅਸੀਂ ਆਵਾਜ਼ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਬੁਲੰਦ ਕਰਦੇ। ਸੋ ਲਵ ਲੈਟਰ ਤੁਹਾਡੇ ਸਾਰੇ ਜਿਹੜੇ ਸਾਨੂੰ ਮਿਲ ਰਹੇ ਆ, ਟਾਈਮ ਟੂ ਟਾਈਮ ਆ ਰਹੀਆਂ ਚਿੱਠੀਆਂ ਤੁਹਾਡੀਆਂ ਡਾਕੀਆ ਸਾਡੇ ਪਿੰਡ ਦਾ, ਬਾਕੀ ਭਾਵੇਂ ਚਿੱਠੀਆਂ ਪਹੁੰਚਾਵੇ ਨਾ ਪਹੁੰਚਾਵੇ ਆਹ ਵਾਲੀ ਬੜੀ ਛੇਤੀ ਚਿੱਠੀਆਂ ਜਿਹੜੀਆਂ ਸਾਡੇ ਘਰਾਂ 'ਚ ਪਹੁੰਚਾਉਂਦੇ ਆ। ਪਤਾ ਨਹੀਂ ਕੀ ਗੱਲ ਹੈ, ਪੋਸਟਮੈਨ ਵੀ ਪਤਾ ਨਹੀਂ ਕਿੰਨੀ ਕੁ ਵਫ਼ਾਦਾਰੀ ਦੇ ਨਾਲ ਆਪਣਾ ਕੰਮ ਕਰ ਰਿਹਾ ਸਾਡੇ ਪਿੰਡ ਦਾ, ਕਿ ਕਿਸੇ ਦਾ ਪਾਸਪੋਰਟ ਕਿਸੇ ਦੀ ਚਿੱਠੀ ਪੱਤਰ ਉਹ ਸਮੇਂ ਸਿਰ ਨਹੀਂ ਪਹੁੰਚਦਾ, ਪਰ ਆਹ ਚਿੱਠੀਆਂ ਜਿਹੜੀਆਂ ਨਾ ਪਰ ਬੜੀ ਵਫ਼ਾਦਾਰੀ ਦੇ ਨਾਲ ਸਾਡਾ ਪੋਸਟਮੈਨ ਜਿਹੜਾ ਵਾ ਉਹ ਇਨ ਟਾਈਮ ਮੇਰੇ ਘਰ ਜਿਹੜੀਆਂ ਪੁੱਛਦੀਆਂ ਕਰਦਾ ਵਾ। ਖੈਰ ਧੰਨਵਾਦ ਹੈ ਮੇਰੇ ਪਿੰਡ ਦੇ ਪੋਸਟਮੈਨ ਦਾ ਵੀ। ਖੈਰ ਸੋ ਚਿੱਠੀਆਂ ਤੁਹਾਡੀਆਂ ਦੱਸਣਾ ਹੈ ਰਾਣਾ ਜੀ ਕਿ ਮਿਲ ਰਹੀਆਂ ਸਾਨੂੰ, ਸੋ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।